Hello everyone, this is Harjeet Shergill from EH Prepaid. Today we are going to talk about about NRS loss POS cash register. I'm going to talk in Punjabi because most of wires are Punjabi. हाँ जी वाहेगुरु जी का खालसा वाहेगुरु जी के फतेह जी अज असीं गल करांगे NRS प्लस POS कैश रजिस्टर बारे दिस इज वन ऑफ द बेस्ट अमेरिका POS सिस्टम फॉर लिकर स्टोर एंड स्मोक शॉप ए जी अमेरिका का सब तो वधिया POS सिस्टम है NRS प्लस POS अगर तुसीं स्टिल पुराना रजिस्टर यूज कर रहे हो और तुहानूं एक वधिया POS दी लोड़ है तो ये एक बहुत बढ़िया POS है असी ऑलरेडी बहुत सारे जिहड़ा स्टोरां ते इहनूं जिहड़ा ऑलरेडी इंस्टॉल कीता है साढ़े कोल अपने भी बहुत स्टोर हैगे असी अपने स्टोरां ते भी इहनूं यूज कर रहे हैं मैं तुहानूं इहदी छोटी जिही जिहड़ी डेमो दिखाउण लगा हां सो तुहानूं इहदे बारे पता लग जूगा वाई यू शुड हैव दिस POS सिस्टम इन योर स्टोर हुणे तुसीं देखोगे मैं इहनूं ट्रांसफर करन लगा जी ਜਿਹੜਾ ਇਹਦਾ POS ਦਾ ਬੈਕ ਐਂਡ ਆ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਆ ਜਿਹੜਾ ਮੈਂ ਹੁਣ ਤੁਹਾਨੂੰ ਡੈਮੋ ਦਿਖਾਉਣ ਲੱਗਾ ਸੇਮ POS ਸਿਸਟਮ ਆ ਜਿਹੜਾ ਉਹ ਅਸੀਂ ਲਗਾਉਂਦੇ ਹਾਂ ਜਦੋਂ ਇਸ ਤਰ੍ਹਾਂ ਦੀ ਜਿਹੜੀ ਆ ਉਹ ਸਕਰੀਨ ਹੁੰਦੀ ਹੈ ਜਦੋਂ ਅਸੀਂ ਉਹਨੂੰ ਕੰਪਿਊਟਰ ਨੂੰ ਔਨ ਕਰਦੇ ਹਾਂ ਜਦੋਂ ਔਨ ਕਰਕੇ ਅਤੇ ਅਸੀਂ ਉਹਦਾ ਪਾਸਵਰਡ ਯੂਜ ਕਰਦੇ ਹਾਂ ਜਦੋਂ ਅਸੀਂ ਜਿਹੜਾ ਕੈਸ਼ੀਅਰ ਆ ਪਾਸ ਆਪਣਾ ਜਿਹੜਾ ਯੂਜ਼ਰ ਨੇਮ ਪਾ ਦਿੰਦਾ ਆ ਉਸ ਤੋਂ ਬਾਅਦ ਆ ਜਿਹੜੀ ਉਹ ਇਸ ਤਰ੍ਹਾਂ ਦੀ ਸਕਰੀਨ 'ਤੇ ਆ ਜਾਂਦਾ ਅਗਰ ਤੁਸੀਂ ਰਜਿਸਟਰ ਰਨ ਕਰਨਾ ਤਾਂ ਰਜਿਸਟਰ 'ਤੇ ਟੈਪ ਕਰਦੇ ਹੋ ਅਗਰ ਤੁਸੀਂ ਹੋਰ ਬੈਕਐਂਡ 'ਤੇ ਕੋਈ ਪ੍ਰੋਗਰਾਮ ਦੇਖਣਾ ਤੁਸੀਂ ਉਹ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸਾਂਗੇ ਰਜਿਸਟਰ ਦੀ ਲੁੱਕ ਕਿਸ ਤਰ੍ਹਾਂ ਦੀ ਆ ਇਹ ਇੰਨਾ ਵਧੀਆ ਈਜੀ ਕੈਸ਼ ਰਜਿਸਟਰ ਆ ਵੀ ਇਹਨੂੰ ਘੱਟ ਪੜ੍ਹੇ ਲਿਖੇ ਲੋਕ ਆ ਜਿਹੜਾ ਉਹ ਵੀ ਓਪਰੇਟ ਕਰ ਸਕਦੇ ਆ ਜਦੋਂ ਅਸੀਂ ਰਜਿਸਟਰ 'ਤੇ ਕਰਦੇ ਹਾਂ ਤਾਂ ਇਸ ਤਰ੍ਹਾਂ ਦਾ ਆ ਜਾਂਦਾ ਆ ਇਹ ਸਿਮਲਰ ਲੱਗਣਾ ਹੈ ਰਜਿਸਟਰ ਜਿਸ ਤਰ੍ਹਾਂ ਤੁਹਾਨੂੰ ਸਕਰੀਨ 'ਤੇ ਦਿਸ ਰਿਹਾ ਸਭ ਤੋਂ ਪਹਿਲਾਂ ਮੋਸਟ ਜਿਹੜੀ ਸਾਨੂੰ ਕੰਪਲੇਂਟ ਆਉਂਦੀ ਹੈ ਜਾਂ ਕੁਐਸਚਨ ਆਉਂਦਾ ਆ ਆਪਣੇ ਲਿਕਰ ਸਟੋਰ ਵਾਲੇ ਭਰਾਵਾਂ ਦਾ ਜਾਂ ਕਹਿ ਲਓ ਸਮੋਕ ਸ਼ਾਪ ਵਾਲਿਆਂ ਦਾ ਉਹ ਕਹਿੰਦੇ ਜੀ ਪੁਰਾਣੇ ਰਜਿਸਟਰ 'ਤੇ ਅਸੀਂ ਸਿੱਧੀ ਆਈਟਮ ਜਿਹੜੀ ਡਿਪਾਰਟਮੈਂਟ ਦੇ ਵਿੱਚ ਰੈਂਕ ਕਰ ਦਿੰਦੇ ਸੀ ਇਹ POS-ਾਂ ਵਿੱਚ ਨਹੀਂ ਹੁੰਦੀ ਮੈਂ ਤੁਹਾਨੂੰ ਇਹ ਬਹੁਤ ਜਿਹੜਾ ਖੁਸ਼ੀ ਨਾਲ ਦੱਸਣਾ ਚਾਹੁੰਦਾ ਇਸ ਇਹ ਜਿਹੜਾ POS ਇੱਦਾਂ ਦਾ ਤੁਸੀਂ ਪੁਰਾਣੇ ਤਰੀਕੇ ਨਾਲ ਰਨ ਕਰਨਾ ਇਹਨੂੰ ਪੁਰਾਣੇ ਨਾਲ ਕਰ ਲਓ ਨਵੇਂ ਨਾਲ ਕਰਨਾ ਨਵੇਂ ਨਾਲ ਕਰ ਲਓ ਇਸ ਤਰ੍ਹਾਂ ਜਿੰਨੇ ਵੀ ਤੁਸੀਂ ਡਿਪਾਰਟਮੈਂਟ ਬਣਾਏ ਹੋਣਗੇ ਇਸ ਤਰ੍ਹਾਂ ਇਹ ਸ਼ੋਅ ਹੋਣ ਲੱਗ ਪੈਣੇ ਆ ਤੁਹਾਡੇ ਫੋਰ ਇਗਜ਼ਾਮਪਲ ਵੀ ਕਸਟਮਰ ਕੋਈ ਲੈ ਕੇ ਆਉਂਦਾ ਆ ਬੀਅਰ ਦਾ ਆ ਉਹਦੀ ਤੁਹਾਨੂੰ ਪ੍ਰਾਈਸ ਦਾ ਪਤਾ ਆ ਤੁਸੀਂ ਸਕੈਨ ਨਹੀਂ ਕਰਨਾ ਚਾਹੁੰਦੇ ਤੁਸੀਂ ਸਿੱਧੀ ਉਹਨੂੰ ਡਾਇਰੈਕਟਲੀ ਜਿਹੜੇ ਵੀ ਮਰਜ਼ੀ ਡਿਪਾਰਟਮੈਂਟ 'ਚ ਰੈਂਕ ਕਰਨਾ ਚਾਹੁੰਦੇ ਕਰ ਸਕਦੇ ਆ ਫੋਰ ਇਗਜ਼ਾਮਪਲ ਆਹ ਦੇਖ ਲਓ ਜੀ $25 ਜੇਕਰ ਮੈਂ ਇਹਨੂੰ ਅਲਕੋਹਲ ਡਿਪਾਰਟਮੈਂਟ ਵਿੱਚ ਰੈਂਕ ਕਰਨਾ ਚਾਹੁੰਦਾ ਇਹ $25 ਹੈ ਜਿਹੜੇ ਅਲਕੋਹਲ ਡਿਪਾਰਟਮੈਂਟ ਵਿੱਚ ਰੈਂਕ ਹੋਊਗਾ ਅਗਰ ਮੈਂ ਇਹ ਕੋਈ ਵੀ ਸੇਲ ਆ ਜਿਹਦੇ ਮੈਂ ਕਿਸੇ ਫਰੋਜ਼ਨ ਫੂਡ ਜਾਂ ਡੈਰੀ ਵਿੱਚ ਇਹਨੂੰ ਰੈਂਕ ਕਰਨਾ ਚਾਹੁੰਦਾ ਉਹਦੇ ਡੈਰੀ 'ਚ ਰੈਂਕ ਹੋਊਗਾ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਇਹਦਾ ਜਿਹੜਾ ਟੋਟਲ ਆ ਇਹਦੇ ਥੱਲੇ ਦੱਸ ਦਿੱਤਾ $52 ਕਸਟਮਰ ਨੇ ਸਾਨੂੰ $52 ਦਿੱਤੇ ਅਸੀਂ ਅਗਰ ਸਾਡੇ ਕੋਲ ਆਪਸ਼ਨ ਹੈ ਇਹਦੇ ਵਿੱਚ ਜਿਸ ਤਰ੍ਹਾਂ ਵੀ ਕਸਟਮਰ ਤੁਹਾਨੂੰ ਪੇ ਕਰਦਾ ਆ ਅਸੀਂ ਉਹ ਬਟਨ ਆ ਜਿਹੜਾ ਇਹਦੇ 'ਤੇ ਦਬਾ ਸਕਦੇ ਹਾਂ ਅਗਰ ਕਸਟਮਰ ਨੇ ਸਾਨੂੰ ਕੈਸ਼ ਦਿੱਤਾ ਅਸੀਂ ਇਸ ਤਰ੍ਹਾਂ ਦਾ ਆ ਗਿਆ ਇਹਦੇ 'ਤੇ ਹੁਣ ਸਾਡੀ ਮਰਜ਼ੀ ਆ ਅਗਰ ਕਸਟਮਰ ਰਸੀਟ ਮੰਗਦਾ ਆ ਤਾਂ ਅਸੀਂ ਰਸੀਟ 'ਤੇ ਪ੍ਰਿੰਟ ਕਰਦੇ ਹਾਂ ਨਹੀਂ ਤਾਂ ਇਹਨੂੰ ਓਕੇ ਕਰ ਦੇਣਾ ਇਹ ਜੇ ਦੂਜੀ ਖੂਬੀ ਇਹ ਆ ਵੀ ਜਿੰਨਾ ਚਿਰ ਕੈਸ਼ੀਅਰ ਜਿਹੜਾ ਇਹਨਾਂ ਦੋ ਬਟਨਾਂ 'ਚੋਂ ਇੱਕ ਨੂੰ ਆਪਣੇ ਫਿੰਗਰ ਦੇ ਨਾਲ ਟੱਚ ਨਹੀਂ ਕਰਦਾ ਉਨਾ ਚਿਰ ਤੁਸੀਂ ਦੂਸਰੀ ਆਈਟਮ ਹੈ ਜਿਹੜੇ ਸਕੈਨ ਨਹੀਂ ਕਰ ਸਕਦੇ ਅਗਰ ਤੁਸੀਂ ਸਕੈਨ ਕਰੋਗੇ ਵੀ ਤਾਂ ਉਹ ਇਹਨੇ ਜਿਹੜਾ ਇਹਨੇ ਇਰਰ ਦੇ ਜਾਣੀ ਦੇਖੋ ਇਸ ਤਰ੍ਹਾਂ ਆਈ ਜਾਣਾ ਕਿਉਂਕਿ ਇਹ ਇਸ ਕਰਕੇ ਆ ਨਹੀਂ ਰਿਹਾ ਕਿਉਂਕਿ ਮੈਂ ਇਹਨੂੰ ਓਕੇ ਨਹੀਂ ਕੀਤਾ ਹੁਣ ਮੈਂ ਓਕੇ ਕਰ ਦਿੱਤਾ ਆ ਹੁਣ ਮੈਂ ਇਹਨੂੰ ਨੈਕਸਟ ਆਈਟਮ ਇਹਨੂੰ ਸਕੈਨ ਕਰ ਦਿੰਦਾ ਫੋਰ ਇਗਜ਼ਾਮਪਲ ਕਸਟਮਰ ਸਾਨੂੰ ਚੈੱਕ ਦੇ ਰਿਹਾ ਅਸੀਂ ਈਜੀ ਚੈੱਕ 'ਤੇ ਕਲਿੱਕ ਕਰਨਾ ਕੋਈ ਆਈਟਮ ਨਹੀਂ ਪਾਉਣੀ ਕਿਉਂਕਿ ਚੈੱਕ ਦਾ ਅਮਾਊਂਟ ਐਗਜ਼ੈਕਟਲੀ ਹੁੰਦਾ ਅਗਰ ਕਸਟਮਰ ਸਾਨੂੰ ਪੇ ਕਰ ਰਿਹਾ ਬਾਈ ਦੀ ਕ੍ਰੈਡਿਟ ਕਾਰਡ ਅਸੀਂ ਕ੍ਰੈਡਿਟ ਕਾਰਡ ਦੇ ਇੱਥੇ ਕਰ ਦਿੱਤਾ ਫਿਰ ਚੂਜ਼ ਕਰ ਲਓ ਉਹਨੇ ਡੈਬਿਟ ਜਾਂ ਕ੍ਰੈਡਿਟ ਦਿੱਤਾ ਅਤੇ ਪ੍ਰੋਸੈਸ ਜਦੋਂ ਅਸੀਂ ਪ੍ਰੋਸੈਸ ਕਰ ਦਿੱਤਾ ਜਿਹੜਾ ਇਹਦੇ POS ਦੇ ਨਾਲ ਜਿਹੜੀ ਮਸ਼ੀਨ ਟਾਈਡ ਅਪ ਹੋਈ ਆ ਉੱਥੇ ਅਮਾਊਂਟ ਆ ਜਾਣਾ ਕਸਟਮਰ ਦਾ ਉਹਨੇ ਪੇ ਕਰ ਦੇਣਾ ਦਿਸ ਇਜ਼ ਵੈਰੀ ਈਜੀ
ਬਹੁਤ ਸਾਰੇ ਲੋਕ ਜਿਹੜੀ ਆ ਲੈ ਰਹੇ ਆ POS, ਉਹਦੇ ਨਾਲ ਕ੍ਰੈਡਿਟ ਕਾਰਡ ਜਿਹੜੀ ਪ੍ਰੋਸੈਸਿੰਗ ਆ ਉਹ ਨਹੀਂ ਕਰਵਾਉਂਦੇ। ਬਟ ਮੈਂ ਸਾਰੇ ਵੀ ਉਹਨੂੰ ਰਿਕਮੈਂਡ ਕਰਦਾ ਹਾਂ, ਦਿਸ ਇਜ਼ ਈਜ਼ੀ। ਇਹਦੇ ਨਾਲ ਇੱਕ ਤਾਂ ਮਿਸਟੇਕ ਘੱਟ ਹੁੰਦੀ ਆ, ਦੂਸਰਾ ਜਦੋਂ ਤੁਸੀਂ ਸਾਈਡ 'ਤੇ ਮਸ਼ੀਨ ਲਗਵਾ ਲੈਂਦੇ ਹੋ ਤੁਹਾਡੇ $40-50 ਮੰਥਲੀ ਪੇਪਰ ਹੀ ਵੇਸਟ ਹੋਈ ਜਾਂਦਾ, ਕਿਉਂਕਿ ਮਸ਼ੀਨ ਪ੍ਰਿੰਟ ਕਰੀ ਜਾਂਦੀ ਆ। ਇਹਦੇ 'ਤੇ ਆਪਸ਼ਨ ਇਹ ਆ ਵੀ ਜਦੋਂ ਕਸਟਮਰ ਰਸੀਟ ਮੰਗਦਾ ਆ ਉਦੋਂ ਹੀ ਪ੍ਰਿੰਟ ਕਰਕੇ ਅਸੀਂ ਦੇਣੀ ਆ। ਸੋ ਜਿਹੜੀ ਅਡੀਸ਼ਨਲ ਜਿਹੜੀ ਇਹਦੀ ਆ ਉਹ ਸੇਵਿੰਗ ਆ ਜਿਹੜੀ ਆ ਉਹ ਹੋ ਜਾਂਦੀ ਆ। ਜਿਹੜਾ ਵੈਰੀ ਈਜ਼ੀ ਆ ਆਪਰੇਟ ਕਰਨਾ ਆ, ਫਾਰ ਐਗਜ਼ਾਮਪਲ ਇੱਕ ਹੋਰ ਸਾਡੇ ਕੋਲ ਰੀਟੇਲਰ ਕੁਐਸਚਨ ਪੁੱਛਦੇ ਆ, ਬਹੁਤ ਸਾਰੀਆਂ ਆਈਟਮਾਂ ਇੱਦਾਂ ਦੀਆਂ ਹੁੰਦੀਆਂ ਜਿਹਨਾਂ 'ਤੇ ਬਾਰਕੋਡ ਨਹੀਂ ਹੁੰਦੀ। ਜਿਹਨਾਂ 'ਤੇ ਬਾਰਕੋਡ ਨਹੀਂ ਹੁੰਦੀ ਆ, ਨੈਕਸਟ ਐਪ ਬਣਿਆ ਆ ਇਨ ਸਟੋਰ ਆਈਟਮ ਦਾ। ਤੁਸੀਂ ਉਹ ਜਿਹੜੀਆਂ ਆਈਟਮਾਂ ਆ ਜਦੋਂ ਤੁਸੀਂ ਬੈਕ ਐਂਡ ਤੋਂ ਕ੍ਰੀਏਟ ਕਰਦੇ ਆ ਉਹ ਇੱਥੇ ਆ ਜਾਂਦੀਆਂ ਆ। ਤੁਸੀਂ ਕੁਛ ਨਹੀਂ ਕਰਨਾ ਹੁੰਦਾ, ਫਾਰ ਐਗਜ਼ਾਮਪਲ ਕਸਟਮਰ ਤੁਹਾਡੇ ਕੋਲ ਆਈਸ ਦਾ ਬੈਗ ਲੈਣ ਆਇਆ, ਆਈਸ ਦਾ ਟੈਬ ਬਣਿਆ, ਤੁਸੀਂ ਇੱਥੇ ਸਿਰਫ ਆਪਣੀ ਉਂਗਲੀ ਮਾਰਨੀ ਆ, ਪ੍ਰਾਈਸ ਲੱਗ ਕੇ ਆ ਜਾਂਦੀ ਆ, ਫਿਰ ਤੁਸੀਂ ਜਿਹੜਾ ਉਹ ਪੇਮੈਂਟ ਲੈ ਲਓ। ਜੇ ਜਿਹੜੀ POS ਹੈ ਬਹੁਤ ਜ਼ਿਆਦਾ ਈਜ਼ੀ ਆ ਆਪਰੇਟ ਕਰਨੀ। ਦੂਸਰਾ, ਅਗਰ ਤੁਸੀਂ ਇਹਦੇ ਨਾਲ ਕ੍ਰੈਡਿਟ ਕਾਰਡ ਪ੍ਰੋਸੈਸਿੰਗ ਲਗਾਉਂਦੇ ਹੋ, ਉਹ ਵੀ ਜਿਹੜੇ ਆ ਰੇਟ ਆ ਮੀਟ ਐਂਡ ਮੀਟ ਗਰੰਟੀ ਜਿਹੜੇ ਆ ਅਸੀਂ ਆ ਜਿਹੜੀ ਉਹਦੇ ਤੁਹਾਡੇ ਕ੍ਰੈਡਿਟ ਕਾਰਡ ਪ੍ਰੋਸੈਸਿੰਗ ਦੇ ਰੇਟ ਆ ਤੁਹਾਡੀ ਕਰੰਟ ਕੰਪਨੀ ਨਾਲ ਨਾਲ ਮੈਚ ਕਰਾਂਗੇ। ਦੂਸਰਾ ਆ, ਜੇ ਤੁਸੀਂ ਪ੍ਰੋਸੈਸਿੰਗ ਇਹਦੇ ਥਰੂ ਕਰਦੇ ਆ, ਜਿਹੜਾ ਕਸਟਮਰ ਜਿਹੜਾ ਤੁਹਾਡਾ ਕੈਸ਼ ਹੈ ਉਹ ਸਪੀਡ ਅਪ ਹੋ ਜਾਂਦਾ। ਸਾਵੇਂ ਤੁਸੀਂ ਇੱਥੇ ਪ੍ਰਾਈਸ ਰਿੰਗ ਕਰਨੀ ਆ, ਫਿਰ ਸਾਈਡ 'ਤੇ ਜਾ ਕੇ ਕਸਟਮਰ ਤੁਹਾਡਾ ਕੈਸ਼ੀਅਰ ਹੈ ਜਿਹੜਾ ਉਹਨੂੰ ਰਿੰਗ ਦੂਸਰਾ ਕਰਦਾ। ਇਹਦੇ 'ਤੇ ਤੁਹਾਨੂੰ ਕੁਛ ਨਹੀਂ ਕਰਨਾ ਪੈਣਾ, ਤੁਸੀਂ ਸਿਰਫ ਬਟਨ ਪ੍ਰੈਸ ਕਰਨਾ, ਸਾਰਾ ਕੁਛ ਜਿਹੜਾ ਕੈਸ਼ੀਅਰ ਦੀ ਸਕਰੀਨ 'ਤੇ ਜਿਹੜਾ ਆ ਜਾਂਦਾ। ਸੋ ਇਹ ਸੀਗਾ ਜੀ ਛੋਟਾ ਜਿਹਾ ਡੈਮੋ ਜਿਹੜਾ ਆ POS ਦਾ। ਫਿਰ ਦੂਸਰਾ ਮੈਂ ਤੁਹਾਨੂੰ ਇੱਕ ਹੋਰ ਦੱਸਦੇ ਹਾਂ, ਫਾਰ ਐਗਜ਼ਾਮਪਲ ਆ ਅਸੀਂ ਦੋ ਆਈਟਮਾਂ ਇੱਥੇ ਰਿੰਗ ਕਰ ਦਿੱਤੀਆਂ। ਫਾਰ ਐਗਜ਼ਾਮਪਲ ਕਸਟਮਰ ਦੇ ਕੋਲ ਮਨੀ ਹੈ ਨਹੀਂ, ਉਹ ਕਹਿੰਦਾ ਮੈਂ ਸਮਿਰਨ ਨੂੰ ਵਾਧਕਾ ਨਹੀਂ ਲੈਣਾ, ਤੁਸੀਂ ਕੁਛ ਨਹੀਂ ਕਰਨਾ, ਇੱਥੇ ਦੋ ਵਾਰੀ ਹੱਥ ਮਾਰਨਾ, ਆਈਟਮ ਇੱਥੇ ਆ ਜਾਣੀ ਹੈ, ਤੁਸੀਂ ਆਈਟਮ ਨੂੰ ਰਿਮੂਵ ਕਰ ਦਿਓ, ਸਿਰਫ ਕੁੱਕਾ ਖੋਲਦਾ ਰਹਿ ਗਿਆ। ਫਾਰ ਐਗਜ਼ਾਮਪਲ ਤੁਸੀਂ ਜ਼ਿਆਦੀਆਂ ਆਈਟਮਾਂ ਹੋ ਜਾਂਦੀਆਂ, ਕਸਟਮਰ ਦਾ ਕ੍ਰੈਡਿਟ ਕਾਰਡ ਡੈਕਲਾਈਨ ਹੋ ਜਾਂਦਾ, ਕੁਛ ਵੀ ਸਰਕਮਸਟੈਂਸ ਹੋ ਸਕਦੇ ਆ, ਤੁਸੀਂ ਇੱਥੇ ਕੈਂਸਲ 'ਤੇ ਹੱਥ ਮਾਰੋ, ਸਾਰਾ ਕੁਛ ਕੈਂਸਲ। ਹਾਂ, ਇਹਦੀ ਦੂਸਰੀ ਖੂਬੀ ਹੋਰ ਹੈ, ਮੈਂ ਤੁਹਾਨੂੰ ਦੱਸਦਾ ਜੀ। ਫਾਰ ਐਗਜ਼ਾਮਪਲ ਇੱਥੇ ਅਸੀਂ ਆਈਟਮਾਂ ਇੱਦਾਂ ਰਿੰਗ ਕਰਤੀਆਂ ਆ, ਕਸਟਮਰ ਬਹੁਤ ਸਾਰੀ ਚੇਂਜ ਲਿਆ ਕੇ ਤੁਹਾਡੇ ਕਾਊਂਟਰ 'ਤੇ ਰੱਖ ਦਿੰਦਾ ਆ, ਪਿੱਛੇ ਲੈਣ ਲੱਗੀ ਆ, ਤੁਸੀਂ ਕੀ ਕਰੋ ਇੱਥੇ ਇਹਨੂੰ ਹੋਲਡ 'ਤੇ ਪਾ ਦਿਓ ਆਈਟਮ ਨੂੰ, ਜਦੋਂ ਉਹਨੂੰ ਕਸਟਮਰ ਨੂੰ ਕਹੋ ਜਦੋਂ ਤੂੰ ਵਿਹਲਾ ਹੋ ਗਿਆ ਮੇਰੇ ਕੋਲ ਆ ਜਾਈ, ਜਦੋਂ ਕਸਟਮਰ ਵਾਪਸ ਆਉਂਦਾ ਆ ਆ ਜਿਹੜੀ ਆਈਟਮ ਹੈਲਡ 'ਤੇ ਉਹਨੂੰ ਦੁਬਾਰਾ ਲੈ ਆਓ, ਤੁਹਾਨੂੰ ਦੁਬਾਰਾ ਰਿੰਗ ਕਰਨ ਦੀ ਲੋੜ ਨਹੀਂ। ਕਈ ਵਾਰੀ ਕਸਟਮਰ ਕੋਲ ਮਨੀ ਨਹੀਂ ਹੁੰਦੀ, ਕੋਈ ਵੀ ਹੈਗਾ, ਤੁਸੀਂ ਇੱਥੇ ਜਿੰਨੀਆਂ ਮਰਜ਼ੀ ਜਿਹੜੀਆਂ ਆਈਟਮਾਂ ਜਿਹੜੀਆਂ ਹੋਲਡ 'ਤੇ ਪਾ ਸਕਦੇ ਹੋ। ਹਾਂ, ਫਿਰ ਅਗਰ ਤੁਸੀਂ ਕੈਂਸਲ ਕਰਨਾ ਫਿਰ ਵੀ ਕੈਂਸਲ ਕਰ ਦਿਓ, ਵੈਰੀ ਈਜ਼ੀ। ਇਹ ਹੈਗਾ ਇਹਦਾ ਫਰੰਟ POS। ਹੁਣ ਜਿਹੜਾ ਇਹਦਾ ਬੈਕ ਐਂਡ ਜਿਹਨੂੰ ਮੈਨੇਜਰ ਕਹਿੰਦੇ ਆ, ਉਹ ਮੈਨੇਜਰ ਹੈਗਾ ਆ, ਆ ਜਦੋਂ ਤੁਸੀਂ ਇੱਥੇ ਕਲੈਕਟ ਕਰੋ ਤਾਂ ਇਹ ਮੈਨੇਜਰ ਆ ਜਾਂਦਾ। ਅਗਰ ਤੁਸੀਂ ਇਹਦੀ ਰਿਪੋਰਟਿੰਗ ਦੇਖਣੀ ਆ, ਤੁਸੀਂ ਇੱਥੇ ਇੱਥੇ ਜਾ ਕੇ ਰਿਪੋਰਟਿੰਗ ਦੇਖ ਸਕਦੇ ਹੋ। ਇਹ ਜਿਹੜਾ ਜੀ ਰੀਡਿੰਗ ਆ ਆਟੋਮੈਟਿਕ ਰਾਤ ਨੂੰ ਆਪਣੇ ਆਪ ਹੀ ਜਨਰੇਟ ਕਰ ਦਿੰਦਾ, ਤੁਹਾਨੂੰ ਕੁਛ ਨਹੀਂ ਕਰਨਾ ਪੈਂਦਾ, ਤੁਹਾਡੇ ਕੋਲ ਇਸ ਤਰ੍ਹਾਂ ਦੀ ਰਿਪੋਰਟ ਆ ਜਾਂਦੀ ਆ। ਫੋਰ ਐਗਜ਼ਾਮਪਲ ਜਿੰਨੀ ਵਾਰ ਵੀ ਆਈਟਮਾਂ ਜਿਹੜੀਆਂ ਆ ਉਹ ਕੈਂਸਲ ਕੀਤੀਆਂ ਜਾਂ ਵਾਇਡ ਹੋਈਆਂ, ਉੱਥੇ ਟਾਈਮ ਆ ਜਾਂਦਾ। ਅਗਰ ਤੁਸੀਂ ਆਪਣੇ ਕੈਸ਼ ਨੂੰ ਫੜਨਾ ਚਾਹੁੰਦੇ ਹੋ, ਕੋਈ ਘਪਲਾ ਕਰ ਰਿਹਾ, ਤੁਸੀਂ ਇੱਥੋਂ ਜਾ ਕੇ 752 ਫਾਰ ਐਗਜ਼ਾਮਪਲ ਇੱਥੇ ਵੀਡੀਓ ਚੈੱਕ ਕਰ ਸਕਦੇ ਹੋ, ਆ ਜਿਹੜੀਆਂ ਵਾਈਡ ਕੀਤੀਆਂ ਆਈਟਮਾਂ ਆ, ਕਿੰਨੇ ਵਜੇ ਆਈਟਮ ਹੋਈ, ਉਹਦਾ ਅਮਾਊਂਟ ਇੱਥੇ ਆ, ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ। ਸਾਰੀ ਰਿਪੋਰਟਿੰਗ ਜਿਹੜੀ ਆ ਇਹਦੀ ਬੈਕ ਐਂਡ 'ਤੇ ਆ, ਤੁਸੀਂ ਜਦੋਂ ਮਰਜ਼ੀ ਪ੍ਰਿੰਟ ਕਰ ਲਓ, ਇਹ ਕਲਾਊਡ ਡੇਟਾ ਆ, ਤੁਹਾਨੂੰ ਵਰੀ ਨਹੀਂ ਹੈਗਾ ਵੀ ਤੁਹਾਡੀ ਜਿਹੜੀ ਆ ਹਾਰਡ ਡਰਾਈਵ ਆ ਜਿਹੜੀ ਉਹ ਭਰ ਜਾਊਗੀ। ਤੁਸੀਂ 10 ਸਾਲ ਦੀ ਰਿਪੋਰਟਿੰਗ ਰੱਖ ਸਕਦੇ ਹੋ, ਤੁਹਾਡੀ ਮਰਜ਼ੀ ਆ। ਜਦੋਂ ਤੁਸੀਂ ਕ੍ਰੈਡਿਟ ਕਾਰਡ ਜਿੰਨੇ ਵੀ ਤੁਹਾਡੇ POS ਨੇ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਲਈ ਆ, ਇੱਥੇ CC ਰਿਪੋਰਟ ਦੇ ਵਿੱਚ ਆ ਜਾਣੀ ਆ ਸਾਰੀ। ਅਗਰ ਤੁਸੀਂ ਫੁੱਲੀ ਇਨਵੈਂਟੋਰੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਹਰੇਕ ਆਈਟਮ ਦੀ ਇਨਵੈਂਟੋਰੀ ਰੱਖ ਸਕਦੇ ਹੋ। ਜਦੋਂ ਤੁਸੀਂ ਤੁਹਾਡੇ ਕੋਲ ਆਈਟਮਾਂ ਆਉਂਦੀਆਂ ਆ, ਤੁਸੀਂ ਆਈਟਮਾਂ ਨੂੰ ਜਿਹੜਾ ਫੀਡ ਕਿਸ ਤਰ੍ਹਾਂ ਕਰਨਾ, ਇਹ ਜ਼ਰੂਰੀ ਨਹੀਂ ਤੁਸੀਂ POS ਲੈ ਕੇ ਆਉਣਾ, ਤੁਸੀਂ ਆਪਣੇ ਫੋਨ 'ਤੇ ਮੋਬਾਈਲ ਐਪ ਡਾਊਨਲੋਡ ਕਰੋ, ਉੱਥੋਂ ਸਾਰੀਆਂ ਆਈਟਮਾਂ ਫੀਡ ਕਰ ਦਿਓ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਮੈਂ ਆਈਟਮ 'ਤੇ ਡਬਲ ਕਲਿੱਕ ਕੀਤਾ, ਫਾਰ ਐਗਜ਼ਾਮਪਲ ਇਹ ਆਈਟਮ ਮੇਰੇ ਕੋਲ ਅੱਜੇ ਆਈ ਆ, ਮੈਂ ਇਹਨੂੰ ਕੁਛ ਨਹੀਂ ਕਰਨਾ, ਮੈਂ ਰਿਸੀਵ ਆਈਟਮ ਕਰਨਾ, ਕਿੰਨੇ ਕੇਸ ਆਏ ਆ, ਇੱਕ ਕੈਸ਼ ਵਿੱਚ ਕਿੰਨੇ ਆ, ਮੈਂ ਇੱਥੇ ਭਰ ਦੇਣਾ। ਇੱਕ ਕੈਸ਼ ਫਾਰ ਐਗਜ਼ਾਮਪਲ 24 ਹੁੰਦੇ ਆ, ਮੇਰੇ ਕੋਲ 5 ਕੇਸ ਆਏ ਆ, ਇੱਥੇ 5 ਕੇਸਾਂ ਦੀ ਪ੍ਰਾਈਸ ਪਾ ਦਿੱਤੀ, ਅਤੇ ਉਹਨੇ ਮੈਨੂੰ ਦੱਸ ਦੇਣਾ ਵੀ ਇੰਨੇ ਦੀ ਅਮਾਊਂਟ ਦੀ ਆ, ਓਕੇ ਕਰ ਦੇਣਾ।
ये आइटम है वो जे इन्वेंटोरी के ऐड हो गए वेरी ईजी दे होर भी ये बहुत सारे ज़्यादा फीचर आ असी वन बाय वन जनू थानू हौली हौली सारा दस्या करांगे असी ट्राई कर रहे हैं वंस ए वीक एक अद्धी वीडियो जी इस तरह की बना के जी पा दी जाए। हाँ दूसरा गुड क्वेश्चन ये आदि प्राइस की आ इस पी ओ एस की प्राइस है जी $937 प्लस टैक्स। सो जी प्लस ये होर कोई है नहीं गा कलाउड फीस हैगी है $20 महीने की। फॉर एग्जाम्पल $937 पहला देने $20 सपोर्ट फीस देनी है 24 घंटे इन्हों की सपोर्ट आ वेरी गुड जी ये पी ओ एस हैगी अगर तुम लैना चाहते हो तो साढ़े नाल कॉन्टैक्ट कर सकते हो साड़ी वैबसाइट जी ऑलरेडी फ्लैश कर रही है नहीं तो डायरैक्टली मैं जो मर्जी फोन करो 209-297-3200 साडा जिहड़ा फोन नंबर आ। अगर तुसी जदों मर्जी डैमो देखना चाहते हो सानू दसो असी इस प्योर दे एक्सपर्ट आ एनी टाइम थानू सानू किसी चीज़ की लोड़ है असी तुहाडी फुली हैल्प करांगे। वंस अगेन अगर तुसी इस प्योर नू बाय करना चाहते हो तो साडे नाल कॉन्टैक्ट करो 209-297-3200। दैट्स ऑल फॉर टुडे। थैंक यू। यूनिवर्स ते रहो जी।